अज आए हुए हैं असि मेले ते साडे नाल दे पिंड मेला लगा हुआ है। मेले दे विच की है ओह तुहानू दिखाउणे आ। मेरे पिछे आवाज दा ढोल तुहानू सुणदा होऊगा। लागे कोई घड़ोली कढ के लई आउंदा है, इह पंजाबियां दी कोई रस्म है, घड़ोली कढी जांदी है। मेरा कैमरामैन अगर तुहानू विखा सकदा जूम करके तां विखा देवे। इस साइड ते सामने बीबियां घड़ोली कढ के लई आउंदियां ने। तां इह घड़ोली वी इक रस्म हुंदी है पंजाबियां दी, ठीक है। दरबारां ते पीरां दी घड़ोली कढी जांदी है, लैके आउंदे आ मेलियां ते। बड़ी सोहनी घड़ोली सजा के इहदे विच खाण पीण दा समान होऊगा। आ उपर इहदा बड़ा सोहना पौणा पाया होया, ठीक है। ਇਹ ਵੀ ਪੰਜਾਬ ਦੀ ਸਕਾਫਤ ਦਾ ਇੱਕ ਹਿੱਸਾ ਹੈ, ਤੁਸੀਂ ਦੇਖ ਸਕਦੇ ਹੋ। ਇਹ ਜਾਨਵਰਾਂ ਦੇ ਗਲਾਂ 'ਚ ਪਾਉਣ ਵਾਲੀਆਂ, ਇਹ ਕੁਰਬਾਨੀ ਵੀ ਆ ਰਹੀ ਹੈ। ਵੈਸੇ ਵੀ ਜਿਹੜੇ ਜੱਟ ਜ਼ਿਮੀਂਦਾਰ ਆ ਉਹ ਇਹਨੂੰ ਯੂਜ਼ ਕਰਦੇ ਇਸ ਚੀਜ਼ ਨੂੰ। ਆ ਟਲੀਆਂ ਜਿਹੀਆਂ, ਹੋਰ ਆ ਗਾਨੀਆਂ, ਆ ਡੋਰੀਆਂ ਗੁੱਟਾਂ ਦੇ ਬੰਨਣ ਵਾਲੀਆਂ। ਆਪਾਂ ਮੇਲਿਆਂ ਦੀ ਗੱਲ ਕਰੀਏ ਤਾਂ ਮੇਲੇ ਸਾਡੇ ਕਲਚਰ ਦਾ, ਸਾਡੀ ਰਹਿਤਲ ਦਾ, ਸਾਡੇ ਪੰਜਾਬ ਦੇ ਵਸੇਬ ਦਾ ਇੱਕ ਮੁੱਖ ਹਿੱਸਾ ਹੈ। ਸਾਡੇ ਇਹਨਾਂ ਮੇਲਿਆਂ ਤੇ ਲੋਕ ਜੱਟ ਜਿਹੜਾ ਤੂੜੀ ਤੰਦ ਵੇਚ ਕੇ ਮੇਲੇ ਤੇ ਸਪੈਸ਼ਲ ਕਹਿੰਦੇ ਹੁੰਦੇ ਆ ਕਿ ਸਾਲ ਦੇ ਵਿੱਚ 365 ਦਿਨ ਹੁੰਦੇ ਆ ਤੇ ਇੱਕ ਮੇਲਾ ਕਿਤੇ ਆਉਂਦਾ, ਉਹ ਵੀ ਵੇਖਣਾ ਨਸੀਬ ਹੋ ਜਾਵੇ ਤਾਂ ਬੜੀ ਵੱਡੀ ਗੱਲ ਹੁੰਦੀ ਆ। ਇਹ ਤਸਵੀਰ ਇੱਥੇ ਕੈਮਰਾ ਲੱਗਿਆ ਹੋਇਆ, ਖਿੱਚਦੇ ਆ। ਖਿੱਚਣ ਤੋਂ ਬਾਅਦ ਤੁਹਾਨੂੰ ਅਰਜੈਂਟ ਕੱਢ ਕੇ ਦਿੰਦੇ ਆ। ਸਾਈਜ਼ ਲੱਗੇ ਹੋਏ ਆ ਸਾਰੇ, ਤੁਸੀਂ ਕਿਹੜੇ ਸਾਈਜ਼ ਦੀ ਕਢਵਾਉਣੀ ਆ ਤੁਹਾਨੂੰ ਉਹੀ ਮਿਲ ਜਾਊਗੀ ਇੱਥੇ। ਸਾਡੇ ਪੰਜਾਬ ਦੇ ਵਿੱਚ ਗੱਲ ਚੱਲਦੀ ਹੁੰਦੀ ਕਿ ਹਫ਼ਤੇ ਕੇ 7 ਦਿਨ ਤੇ 8 ਮੇਲੇ ਘਰ ਜਾਈਏ ਕਿਹੜੇ ਵੇਲੇ, ਲੇਕਿਨ ਇਹ ਮੇਲੇ ਇਹ ਕੱਟ ਸਾਡਾ ਇਹ ਜਿਹੜਾ ਇਹ ਅਲੋਪ ਹੋ ਰਿਹਾ। ਵਨ ਵਨ ਦੀ ਲੱਕੜ ਇਹਨਾਂ ਮੇਲਿਆਂ ਦੇ ਵਿੱਚ ਆਉਂਦੀ। ਬਹੁਤ ਕੁਛ ਸਿੱਖਣ ਨੂੰ ਮਿਲਦਾ, ਬਹੁਤ ਕੁਛ ਵੇਖਣ ਨੂੰ ਮਿਲਦਾ। ਲੋਕ ਬੜਾ ਬੜੇ ਆਪਣੇ ਫਨ ਦਾ ਇੱਥੇ ਮੁਜ਼ਾਹਰਾ ਕਰਦੇ ਹੁੰਦੇ, ਆਪਣਾ ਫਨ ਵਿਖਾਉਂਦੇ ਹੁੰਦੇ ਸੀ। ਲੇਕਿਨ ਇਹ ਚੀਜ਼ਾਂ ਜਿਹੜੀਆਂ ਜਿਵੇਂ ਜਿਵੇਂ ਸਾਡੀ ਜ਼ਬਾਨ, ਸਾਡਾ ਕਲਚਰ ਮਰਦਾ ਜਾ ਰਿਹਾ, ਸਾਡੇ ਇਹ ਮੇਲੇ ਠੇਲੇ ਵੀ ਖਤਮ ਹੁੰਦੇ ਜਾ ਰਹੇ, ਇਹ ਵੀ ਮਰਦੇ ਜਾ ਰਹੇ। ਸੋ ਸਰਕਾਰਾਂ ਨੂੰ ਚਾਹੀਦਾ ਕਿ ਇਹਨਾਂ ਮੇਲਿਆਂ ਠੇਲਿਆਂ ਦੀ ਇੱਜ਼ਤ ਦਿੱਤੀ ਜਾਵੇ ਔਰ ਮੇਲੇ ਲਵਾਏ ਜਾਣ। ਇੱਕ ਸਿਰਫ ਔਰ ਸਿਰਫ ਉਰਸਾਂ ਦੇ ਮੇਲੇ ਰਹਿ ਗਏ ਨੇ ਜਿਨ੍ਹਾਂ ਦਰਬਾਰਾਂ ਦੀਆਂ ਗੱਦੀਆਂ ਮੌਜੂਦ ਨੇ, ਸਿਰਫ ਉਹੀ ਮੇਲੇ ਲੱਗਦੇ ਨੇ। ਬਾਕੀ ਤਕਰੀਬਨ ਜਿਵੇਂ ਵਿਸਾਖੀ ਮੇਲਾ ਜਾਂ ਲੋਹੜੀ ਮੇਲਾ ਜਾਂ ਵੈਸੇ ਹੀ ਲੋਕ ਮੇਲਾ, ਫਸਲ ਦੀ ਆਉਣ ਦੀ ਖੁਸ਼ੀ ਕੋ ਮੇਲਾ ਲੋਕ ਮਨਾਉਂਦੇ ਹੁੰਦੇ ਸੀ, ਤਾਂ ਉਹ ਖਤਮ ਹੋ ਚੁੱਕੇ ਹੁਣ। ਸੋ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿ ਸਾਡੀ ਜ਼ਬਾਨ ਨੂੰ ਵੀ ਜ਼ਿੰਦਾ ਕਰੇ, ਸਾਡੇ ਮੇਲਿਆਂ ਨੂੰ ਵੀ ਸਰਕਾਰ ਔਨ ਕਰੇ ਔਰ ਆਪਣੇ ਹਕੂਮਤੀ ਪੱਧਰ 'ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਪੋਰਟ ਕਰੇ।